ਲੁਧਿਆਣਾ ਸਥਿਤ ਸਰਾਭਾ ਨਗਰ ਦੇ ਗੁਰੂ ਨਾਨਕ ਸਕੂਲ ਵਿਖੇ ਐਨੂਅਲ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਸਰਦਾਰ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਕੂਲ ਦੀ ਸਮੁੱਚੀ ਟੀਮ ਨੂੰ ਇਸ ਪ੍ਰੋਗਰਾਮ ਲਈ ਵਧਾਈ ਦਿੱਤੀ। ਮੈਂ ਸੁਰਿੰਦਰ ਸਿੰਘ ਰਾਇਤ, ਜਨਰਲ ਸੈਕਟਰੀ ਗੁਰੂ ਨਾਨਕ ਪਬਲਿਕ ਸਕੂਲ ਕਮੇਟੀ। ਅੱਜ ਅਸੀਂ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿੱਚ ਐਨੂਅਲ ਫੰਕਸ਼ਨ ਅਤੇ ਕਲਚਰਲ ਪ੍ਰੋਗਰਾਮ ਜੋ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ, ਜਿਸ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਗੁਰਤੇਜ ਸਿੰਘ ਮੈਂਬਰ ਟ੍ਰਿਬਿਊਨਲ ਪੰਜਾਬ ਦੇ ਆਏ ਨੇ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਨੇ। ਮੈਂ ਸਾਰੇ ਪੇਰੈਂਟਸ ਦਾ, ਬੱਚਿਆਂ ਦਾ ਅਤੇ ਜਿੰਨੇ ਵੀ ਗੈਸਟ ਇੱਥੇ ਆਏ ਨੇ ਸਾਰਿਆਂ ਦਾ ਇੱਥੇ ਵੈਲਕਮ ਕਰਦਾ ਹਾਂ ਅਤੇ ਆਸ ਕਰਦਾ ਹਾਂ ਜਿੱਦਾਂ ਹੁਣ ਤੱਕ ਸਾਰੇ ਪੇਰੈਂਟਸ ਨੇ ਬੱਚਿਆਂ ਨੇ ਪ੍ਰੋਗਰਾਮ ਲਈ ਸਪੋਰਟ ਕੀਤਾ, ਅੱਗੇ ਵਾਸਤੇ ਵੀ ਉਹ ਇੱਦਾਂ ਸਪੋਰਟ ਕਰਦੇ ਰਹਿਣਗੇ। ਮੈਂ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦੀ ਹਾਂ। ਥੈਂਕ ਯੂ ਵੈਰੀ ਮੱਚ। ਜਿਹੜਾ ਸਾਲਾਨਾ ਐਨੂਅਲ ਫੰਕਸ਼ਨ ਕਰਾਇਆ ਗਿਆ ਸੀ, ਉਹਦੀ ਪ੍ਰਬੰਧਕੀ ਕਮੇਟੀ ਨੂੰ, ਪ੍ਰਿੰਸੀਪਲ ਸਭਾ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ। ਬਹੁਤ ਸੁਚੱਜੇ ਢੰਗ ਨਾਲ ਰਾਜਨੀਤਿਕ ਲੈਣ ਹੋਣ ਕਰਕੇ ਸਾਨੂੰ ਅਲੱਗ ਅਲੱਗ ਸਕੂਲਾਂ ਕਾਲਜਾਂ 'ਚ ਜਾਣਾ ਪੈਂਦਾ, ਪਰ ਜਿਹੜਾ ਗੁਰੂ ਨਾਨਕ ਪਬਲਿਕ ਸਕੂਲ ਦਾ ਐਨੂਅਲ ਫੰਕਸ਼ਨ ਹੁੰਦਾ ਇਹ ਲਾਜਵਾਬ ਹੁੰਦਾ। ਬੱਚਿਆਂ ਦੀ ਹਰੇਕ ਆਈਟਮ ਜਿਹੜੀ ਹੈ ਟੋਪ ਦੀ ਹੁੰਦੀ ਹੈ। ਇਸ ਦਿਨ ਜਿੱਥੇ ਪ੍ਰਾਪਤੀਆਂ ਦੱਸੀਆਂ ਜਾਂਦੀਆਂ ਉੱਥੇ ਸਕੂਲ ਦਾ ਜਿਹੜਾ ਟੇਲੈਂਟ ਦਿਖਾਉਣ ਦਾ ਬੱਚਿਆਂ ਨੂੰ ਬਹੁਤ ਵੱਡਾ ਮੌਕਾ ਮਿਲਦਾ। ਮੈਂ ਇਸ ਮੁਬਾਰਕ ਮੌਕੇ ਦੀ ਸੁਰਿੰਦਰ ਸਿੰਘ ਜੀ ਨੂੰ, ਪ੍ਰਿੰਸੀਪਲ ਮੈਡਮ ਨੂੰ ਅਤੇ ਸਮੁੱਚੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਹੁਤ ਆਨੰਦ ਮਹਿਸੂਸ ਹੁੰਦਾ ਇੱਥੇ ਆ ਕੇ ਜਦੋਂ ਬੱਚਿਆਂ ਨੂੰ ਦੇਖਦੇ ਹਾਂ ਕਿ ਸਾਡੇ ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚੇ ਐਡੀਆਂ ਐਡੀਆਂ ਵੱਡੀਆਂ ਮੱਲਾਂ ਮਾਰ ਕੇ ਅੱਜ ਪੰਜਾਬ ਲੈਵਲ 'ਤੇ, ਇੰਡੀਆ ਲੈਵਲ 'ਤੇ ਨਾਮਨਾ ਖੱਟ ਰਹੇ ਨੇ, ਤਾਂ ਉਦੋਂ ਮਾਣ ਮਹਿਸੂਸ ਹੁੰਦਾ ਕਿਉਂਕਿ ਸਾਡੇ ਬੱਚੇ ਸਾਰੇ ਇੱਥੇ ਪੜ੍ਹੇ ਨੇ। ਮੇਰਾ ਇਹ ਆਪਣਾ ਘਰ ਦਾ ਸਕੂਲ ਹੈ ਅਤੇ ਮੈਂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪਣਾ ਮਿਹਰ ਭਰੇ ਹੱਥ ਇਸ ਸਕੂਲ 'ਤੇ। ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼ TV, ਲੁਧਿਆਣਾ।